wondering what's happening around the world, here is a quick update from this week. Prime Minister Boris Johnson has insisted that the coronavirus lockdown remains in place, but has granted additional freedom in which people can go to parks and drive to other destinations. Employees who cannot work from home can go back to work, but has insisted that they should avoid using public transport. Some have argued that Boris Johnson's phase two plan has created further uncertainty during this pandemic. And so, no, this is not the time simply to end the lockdown this week. Instead, we're taking the first careful steps to modify our measures. And the first step is a change of emphasis that we hope that people will act on this week. We said that you should work from home if you can and only go to work if you must. We now need to stress that anyone who can't work from home, for instance, those in construction or manufacturing, should be actively encouraged to go to work, and we want it to be safe for you to get to work. So you should avoid public transport if at all possible, because we must and will maintain social distancing and capacity will therefore be limited. Former Kabbadi player and member of Jugnu Bhangra group Makhan Singh Johal sadly passed away last week. He dedicated his entire life to Punjabi community, having contributed to Bhangra, Kabbadi and community work. We share our condolences to the Johal family in this time. ਪਿਛਲੇ ਦਿਨਾਂ ਤੋਂ ਚੱਲਦੇ ਆ ਰਹੇ ਸਿੱਧੂ ਮੂਸੇਵਾਲੇ ਦੀ ਅਤੇ ਬ੍ਰਾਊਨ ਬੋਇਜ਼ ਯਾਨੀ ਕਿ ਸਨੀ ਮਾਲਟਨ ਅਤੇ ਬਿਗ ਬਰਡ ਦੀ ਕੰਟਰੋਵਰਸੀ ਕਾਫੀ ਵੱਧ ਰਹੀ ਸੀ, ਪਰ ਕਰਨ ਔਜਲੇ ਦੇ ਇੱਕ ਬਿਆਨ ਤੋਂ ਬਾਅਦ ਮੁੱਦਾ ਥੋੜ੍ਹਾ ਠੰਡਾ ਹੋਇਆ ਹੈ। ਹਾਲ ਹੀ ਦੇ ਵਿੱਚ ਸਨੀ ਮਾਲਟਨ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਕਰਨ ਔਜਲਾ ਨਜ਼ਰ ਆ ਰਹੇ ਸਨ, ਜਿੱਥੇ ਸਭ ਨੂੰ ਲੱਗ ਰਿਹਾ ਸੀਗਾ ਕਿ ਬ੍ਰਾਊਨ ਬੋਇਜ਼ ਹੁਣ ਸਿੱਧੂ ਦੇ ਖਿਲਾਫ ਹੋ ਕੇ ਕਰਨ ਔਜਲੇ ਦੇ ਗੀਤਾਂ ਦੇ ਵਿੱਚ ਨਜ਼ਰ ਆਉਣਗੇ, ਉੱਥੇ ਹੀ ਕਰਨ ਔਜਲੇ ਨੇ ਇਹ ਦੱਸਿਆ ਹੈ ਕਿ ਉਹਨਾਂ ਦਾ ਕੋਈ ਵੀ ਗੀਤ ਸਨੀ ਮਾਲਟਨ ਜਾਂ ਫਿਰ ਬਿਗ ਬਰਡ ਦੇ ਨਾਲ ਨਹੀਂ ਆ ਰਿਹਾ। ਹੋਰ ਕੀ ਕਿਹਾ ਕਰਨ ਔਜਲੇ ਨੇ, ਸੁਣੋ। ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ, ਹੋਪਫੁਲੀ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰੇ। ਇੱਕ ਗੱਲ ਤੁਹਾਡੇ ਸਾਰਿਆਂ ਨਾਲ ਕਲੀਅਰ ਕਰਨੀ ਸੀ, ਬਾਹਰ ਇੱਕ ਵੀਡੀਓ ਆਈ ਹੈ, ਕਹਿੰਦੇ ਮੈਨੂੰ ਮੈਸੇਜ ਵੀ ਆ ਰਹੇ ਸੀ ਕਈ ਆਪਣੇ ਚਾਹੁਣ ਵਾਲਿਆਂ ਦੇ ਵੀ, ਬਾਈ ਅਗਲਾ ਗਾਣਾ ਸਨੀ ਮਾਲਟਨ ਅਤੇ ਬਿਗ ਬਰਡ ਨਾਲ ਆ ਰਿਹਾ ਜਾਂ ਕੁਛ ਵੀ ਇੱਦਾਂ ਦਾ, ਉਹਨਾਂ ਨੇ ਵੀਡੀਓ ਪਾਈ ਹੋਣੀ ਆ। ਕੋਈ ਵੀਡੀਓ ਬਹੁਤ ਪੁਰਾਣੀ ਹੈ ਜੀ, ਉਹ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਵੀਡੀਓ ਉਹ ਘੱਟੋ ਘੱਟ 2015 ਜਾਂ 16 ਦੀ ਵੀਡੀਓ ਹੋਊਗੀ, ਮੈਨੂੰ ਐਗਜੈਕਟਲੀ ਯਾਦ ਨਹੀਂ ਹੈਗਾ। ਪਰ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਵੀ ਜਿਹੜੇ ਲਿਸਟਾਂ 'ਚੋਂ ਕੱਟੇ ਹੋਏ ਨੇ ਉਹ ਕੱਟੇ ਹੋਏ ਨੇ ਬਾਈ। ਇੱਥੇ 4-5 ਲੱਡੂ ਜੇ ਪੇਚ ਵਾਲੇ ਆ ਕੇ ਕਹਿ ਦਿੰਦੇ ਆ ਵੀ ਇਹਦਾ ਕੋਈ ਸਟੈਂਡ ਨਹੀਂ ਹੈਗਾ, ਇਹ ਨਹੀਂ ਹੈਗਾ। ਸਾਡੇ ਸਟੈਂਡ ਦਾ ਸਾਨੂੰ ਪਤਾ ਕਿੱਥੇ ਲਿਆ ਹੋਇਆ ਅਤੇ ਕਿੰਨਾ ਕੁ ਹੈਗਾ, ਸਟੈਂਡ ਦੇ ਸਿਰ 'ਤੇ ਚੱਲੇ ਆ ਰਹੇ ਅੱਜ ਤਾਈ ਅਤੇ ਅੱਗੇ ਵੀ ਸਟੈਂਡ ਐਵੇਂ ਹੀ ਰਹਿਣਗੇ। ਸੋ ਸਾਡਾ ਕਿਸੇ ਨਾਲ ਕੋਈ ਗਾਣਾ ਨਹੀਂ ਆ ਰਿਹਾ, ਜਿੱਥੇ ਹੈਗੀਆਂ ਉੱਥੇ ਹੀ ਆ, ਜਿਹਨਾਂ ਨਾਲ ਹੈਗੀਆਂ ਉਹਨਾਂ ਨਾਲ ਹੀ ਆ ਬਾਈ ਜੀ, ਲਵ ਯੂ। ਅਤੇ ਇੱਕ ਗੱਲ ਹੋਰ ਮੈਂ ਦੱਸ ਦੇਣੀ ਚਾਹੁੰਦਾ ਵੀ ਜੱਜ ਇੱਕ ਦੂਜੇ ਨੂੰ ਘੱਟ ਕਰਿਆ ਕਰੋ ਬਾਈ, ਜੱਜ ਕਰਨ ਉੱਤੇ ਨੀਲੀ ਛੱਤ ਵਾਲਾ ਬੈਠਾ ਰੱਬ ਬੈਠਾ, ਕੌਣ ਚੰਗਾ ਕੌਣ ਮਾੜਾ ਭੇਤ ਤਾਂ ਖੋਲੀ ਜਾਂਦੇ ਇੱਕ ਦਿਨ, ਕੋਈ ਚੱਕਰ ਨਹੀਂ, ਰੱਬ ਬੈਠਾ ਭੇਤ ਖੋਲਣ, ਬੰਦੇ ਦਾ ਕੌਣ ਹੁੰਦੇ ਇੱਕ ਦੂਜੇ ਦਾ ਭੇਤ ਖੋਲਣ ਨੂੰ, ਰੱਬ ਬੈਠਾ ਨੀਲੀ ਛੱਤ ਵਾਲਾ ਉਹੀ ਫੈਸਲਾ ਕਰਦਾ ਅਤੇ ਉਹੀ ਕਰਦਾ ਰਹੂਗਾ। ਐਵੇਂ ਕਿਸੇ ਨੂੰ ਮਾੜਾ ਕਹਿਣਾ ਜਾਂ ਚੰਗਾ ਕਹਿਣਾ, ਕੋਈ ਕਿਸੇ ਦੇ ਮਾੜਾ ਕਹਿਣਾ ਕੋਈ ਮਾੜਾ ਨਹੀਂ ਬਣ ਜਾਂਦਾ, ਕਿਸੇ ਚੰਗਾ ਕਹਿਣਾ ਕੋਈ ਚੰਗਾ ਨਹੀਂ ਬਣ ਜਾਂਦਾ, ਰੱਬ ਦੇ ਹੱਥ 'ਚ ਜਿਹਦੇ ਕਰਮਾਂ ਜਿੰਨਾ ਲਿਖਿਆ ਉਹਨੂੰ ਓਨਾ ਹੀ ਮਿਲਣਾ। ਸੋ ਐਵੇਂ ਬਿਨਾਂ ਗੱਲੋਂ ਨਾ ਜੱਜ ਵਗੈਰਾ ਕਰਿਆ ਕਰੋ, ਆਪਣਾ ਆਪਣਾ ਕੰਮ ਕਰਨਾ ਚਾਹੀਦਾ ਹਰੇਕ ਬੰਦੇ ਨੂੰ, ਅਸੀਂ ਵੀ ਕਰ ਰਹੇ ਹਾਂ ਅਤੇ ਅੱਗੇ ਅੱਗੇ ਗਾਣੇ ਘੈਂਟ ਘੈਂਟ ਆ ਰਹੇ ਹਾਂ। ਥੈਂਕ ਯੂ, ਤੁਸੀਂ ਇੰਨਾ ਸਪੋਰਟ ਕਰਦੇ ਹੋ, ਲਵ ਯੂ ਸਾਰਿਆਂ ਨੂੰ। ਖਿਆਲ ਰੱਖਿਓ ਆਪਣਾ ਆਪਣਾ, ਘਰੇ ਰਹੋ, ਸਟੇ ਪੋਜ਼ਿਟਿਵ, ਸਟੇ ਸੇਫ। ਅਮ ਬ੍ਰਾਊਨ ਬੋਏ ਤੇ ਨਾਲ ਸਾਡੀ ਗੀਤਾਂ ਦੀ ਮਸ਼ੀਨ ਹੀ ਆ ਕਰਨ ਔਜਲਾ, ਪੰਨੂ, ਬਿਗ ਬਰਡ ਬੇਬੀ, ਅਰਸ਼ ਕਿੱਦਾਂ, ਕੀ ਹਾਲ ਆ ਬਾਈ, ਅਮ ਬ੍ਰਾਊਨ ਬੋਏ। ਪੰਜਾਬ ਦੇ ਪ੍ਰਸਿੱਧ ਕਲਾਕਾਰ ਹੰਸਰਾਜ ਹੰਸ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਖਬਰ ਆਈ ਹੈ। ਹੰਸਰਾਜ ਹੰਸ ਜੀ ਦੇ ਛੋਟੇ ਬੇਟੇ ਯੁਵਰਾਜ ਹੰਸ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਯੁਵਰਾਜ ਹੰਸ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਲਿਖਿਆ ਇਟਸ ਅ ਬੇਬੀ। TikTok has been keeping most of us entertained during this pandemic, with all the videos being created around the world. Send your TikToks to Raj at BritAsia TV for your chance to be featured on next week's newscast. For now, let's look at some of our favorites. Jadon marni takake hove zatt, fir kam aunde utthe jatt, fir kam
Oh my god, baby. Yeah. What is going on in here? It's my shop. It's your shop. Why are you laughing? How much did this cost you? £200. Oh my god. You want to buy some raisins? I guess. This is the best thing ever. That'll be £6 for. Oh, just a second. Oh, what's going on? Oh god. Staff call, clean up on aisle 8, please. Thank you. Can I pay by card, please? Yep. Oh my god. That's not been accepted, sorry. Are you sure you've got money in there? Yeah. Can we just sign there for me and then everything will be confirmed? Yeah, I guess so. There we are, sir. Thank you. Do you want my seat? No, that's fine, thank you. Are you sure? Because the printer's broken anyway, so you can't have it. ਲੌਕਡਾਊਨ ਦੇ ਚੱਲਦਿਆਂ ਵਿਵਾਦਾਂ ਦੇ ਘੇਰੇ ਵਿੱਚ ਪਈ ਹੋਈ ਫਿਲਮ ਸ਼ੂਟਰ ਹੋਈ ਲੀਕਡ। ਫਿਲਮ ਸ਼ੂਟਰ ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਹੀ ਕਾਫੀ ਵਿਵਾਦ ਛਿੜ ਗਏ ਸਨ ਕਿਉਂਕਿ ਇਹ ਫਿਲਮ ਪੰਜਾਬ ਦੇ ਵੱਡੇ ਗੈਂਗਸਟਰ ਸੁੱਖਾ ਕਾਲਵਾਂ ਦੀ ਜ਼ਿੰਦਗੀ ਤੇ ਬਣੀ ਹੋਈ ਹੈ। ਜੇ ਰੰਧਾਵਾ ਦੀ ਫਿਲਮ ਸ਼ੂਟਰ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕੀਤਾ ਬੈਨ ਕਿਉਂਕਿ ਕਈਆਂ ਦਾ ਕਹਿਣਾ ਹੈ ਕਿ ਇਸ ਫਿਲਮ ਰਾਹੀਂ ਪੰਜਾਬੀ ਨੌਜਵਾਨੀ ਪੀੜ੍ਹੀ ਤੇ ਕਾਫੀ ਮਾੜਾ ਪ੍ਰਭਾਵ ਪਵੇਗਾ। ਗੱਲਬਾਤ ਬਾਬੇ ਐਂਡ ਕਰਾਉਣੀ ਆਪਾਂ ਸਾਲਾ ਪਤਾ ਲੱਗ ਜੇ ਦੁਨੀਆ ਨੂੰ ਕਿ ਆਇਆ ਧਰਤੀ ਤੇ ਰਾਜ ਕਰਨਾ ਰਾਜ ਬ੍ਰੈਡਾਂ ਤੇ ਜੈਮ ਲਾ ਕੇ ਖਾਣ ਵਾਲੇ ਨਾ ਸਮਝੀ ਤੜਕੇ ਚਾ ਕੰਗਣੀ ਤੱਕ ਗਲਾਸ ਭਰ ਕੇ ਪੀਤੀ ਹੈ ਤਾਂ ਕਰਕੇ ਤੁਸੀਂ ਤੱਤੀ ਹੈ ਤੇ ਠੰਡੀ ਗੂਦ ਕਤੀਰਾ ਪੀ ਕੇ ਨਹੀਂ ਤੁਹਾਡੇ ਵਰਗੇ ਦੀਆਂ ਚੀਕਾਂ ਕਢਾ ਕੇ ਹੋਣੀਆਂ ਹੋ ਕੰਡਾ ਕੱਢਦਾ ਸਿਰੇ ਦਾ ਜੱਗ ਫੈਨ ਬਣ ਗਿਆ ਯਾਰ ਸ਼ੁਰੂ ਤੋਂ ਹੀ ਮਾਫੀਆ ਦਾ ਮੈਨ ਬਣ ਗਿਆ ਸਾਲਿਆ ਨਾ ਦੇਖਦਾ ਨਹੀਂ ਨਵੀਂ ਗੱਡੀ ਚਲਦੀ ਮੇਰੀ। ਹੁਣ ਕੁਝ ਹਫ਼ਤਿਆਂ ਪਹਿਲਾਂ ਫਿਲਮ ਸ਼ੂਟਰ ਸੋਸ਼ਲ ਮੀਡੀਆ ਤੇ ਲੀਕ ਹੋ ਚੁੱਕੀ ਹੈ ਅਤੇ ਕਾਫੀ ਜਾਣਿਆਂ ਨੇ ਇਸ ਮੂਵੀ ਨੂੰ ਵੇਖ ਵੀ ਲਿਆ ਹੈ। ਪ੍ਰੋਡਿਊਸਰਸ ਅਤੇ ਟੀਮ ਵੱਲੋਂ ਫਿਲਮ ਨੂੰ ਰਿਮੂਵ ਤਾਂ ਜ਼ਰੂਰ ਕੀਤਾ ਗਿਆ ਪਰ ਫਿਲਮ ਮੇਕਰਸ ਦਾ ਕਾਫੀ ਭਾਰੀ ਨੁਕਸਾਨ ਹੋ ਚੁੱਕਾ ਹੈ। ਜੇ ਰੰਧਾਵਾ ਨੇ ਅਖੀਰ ਦੇ ਵਿੱਚ ਇਹ ਜ਼ਰੂਰ ਕਿਹਾ ਹੈ ਕਿ ਕੋਰੋਨਾ ਦੀ ਆਪਦਾ ਤੋਂ ਬਾਅਦ ਸਿਨੇਮਾ ਘਰਾਂ ਦੇ ਵਿੱਚ ਫਿਲਮ ਸ਼ੂਟਰ ਦੇਖਣ ਨੂੰ ਮਿਲੇਗੀ। ਸ਼ਰੀਫ ਸੀ ਨਾ ਕਰਦਾ ਦੰਗਾ ਸੋ ਤੇਰੀ ਮੈਂ ਸੋਹਣੀਏ ਪਹਿਲਾਂ ਸੀ ਚੰਗਾ ਰੱਜ ਕੇ ਕੁੜੇ ਸ਼ਰੀਫ ਸੀ ਨਾ ਕਰਦਾ ਦੰਗਾ ਰਾਤੇ ਰਾਤ ਕੋਈ ਡੱਕ ਜੇ ਮੈਂ ਕਿੱਦਾਂ ਚੜਦਾ ਹਿਟਲਰ ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ ਹਿਟਲਰ ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ ਹਿਟਲਰ ਬਣ ਗਿਆ ਸੋਹਣੀਏ ਨੀ ਤੇਰੀ ਰਾਖੀ With coronavirus putting a stop to large gatherings, many of us are missing wedding season. A couple in Kanpur, Uttar Pradesh decided to have a quiet wedding ceremony in Kanpur Gurdwara in which they wore face shields and protective masks. Many have called this a lockdown wedding. लिए एक उदाहरण है जो बिना लॉकडाउन के नियमों का पालन करे न सिर्फ अपनी जान जोखिम में डाल रहे हैं बल्कि अपने साथ साथ दूसरों की भी जान के साथ खिलवाड़ कर रहे हैं। ਸਿੱਧੂ ਮੂਸੇਵਾਲੇ ਦੀ ਬ੍ਰਾਊਨ ਬੋਇਜ਼ ਦੇ ਨਾਲ ਚੱਲਦੀ ਕੰਟਰੋਵਰਸੀ ਤੋਂ ਬਾਅਦ ਮੂਸੇਵਾਲੇ ਨੇ ਰਿਲੀਜ਼ ਕੀਤੀ ਹੈ ਆਪਣੀ ਨਵੀਂ ਐਲਬਮ ਸਨਿਚਸ ਗੈਟ ਸਟਿਚਸ ਅਤੇ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਆਪਣੇ ਮਾਤਾ ਜੀ ਦੇ ਜਨਮ ਦਿਨ 'ਤੇ ਉਹਨਾਂ ਨੇ ਰਿਲੀਜ਼ ਕੀਤਾ ਇੱਕ ਨਵਾਂ ਗੀਤ ਡੀਅਰ ਮਮਾ। ਕਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾਂ ਤੇਰੇ ਵਰਗਾ ਕਈ ਵਾਰੀ ਬਾਪੂ ਵਾਂਗੂ ਤੇ ਹਰਖ ਜਾਇਆ ਜਾਂਦਾ ਪਰ ਹਰ ਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਕਈ ਕਹਿੰਦੇ ਆਹ ਚਿਹਰਾ ਕਹਿੰਦੇ ਆ
ਤੇਰੇ ਵਰਗਾਇਆ। ਪੰਜਾਬ ਦੇ ਪ੍ਰਸਿੱਧ ਕਲਾਕਾਰ ਹਰਭਜਨ ਮਾਨ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਾਫੀ ਸਮੇਂ ਤੋਂ ਕਰਦੇ ਆ ਰਹੇ ਨੇ, ਹੁਣ ਆਪਣੇ ਬੇਟੇ ਯਾਨੀ ਕਿ ਅਵਕਾਸ਼ ਮਾਨ ਨੂੰ ਸੰਗੀਤ ਦੀ ਦੁਨੀਆ ਦੇ ਵਿੱਚ ਲਾਂਚ ਕਰ ਰਹੇ ਨੇ। ਅਵਕਾਸ਼ ਮਾਨ ਰਿਲੀਜ਼ ਬ੍ਰੈਂਡ ਨਿਊ ਟ੍ਰੈਕ ਜੱਟ ਦੀ ਸਟਾਰ ਵਿਚ ਇਜ਼ ਇੰਸਪਾਇਰਡ ਬਾਈ ਟ੍ਰੋਪਿਕੋ ਐਂਡ ਲੈਟਿਨ ਮਿਊਜ਼ਿਕ। ਚੈੱਕ ਇਟ ਆਊਟ ਫੋਰ ਯੂਰਸੈਲਫ। ਨੈਣਾ ਨਾਲ ਕਰੇ ਇਸ਼ਾਰੇ ਤੂੰ ਦਿਲ ਦੀ ਬੋਲੇ ਨਾ ਇੰਨਾ ਸ਼ਰਮਾਵੇਂ ਕਿਉਂ ਤੂੰ ਅੱਖੀਆਂ ਦਾ ਇੰਤਜ਼ਾਰ ਹੈ ਜੱਟ ਦੀ ਸਟਾਰ ਹੈ ਵੱਖਰੀ ਅਦਾ ਤੇਰਾ ਰੂਪ ਹਥਿਆਰ ਹੈ ਅੱਖੀਆਂ ਦਾ ਖਵਾਬ ਹੈ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ ਪਿਆਰ ਹੈ ਜੱਚਦੀ ਤੂੰ ਮੇਰੇ ਨਾਲ ਹੈ ਇਕੱਠਿਆਂ ਦੀ ਸ਼ਾਨ ਹੈ ਰਾਈਡ ਔਰ ਡਾਈ ਗਰਲ ਤੂੰ ਮੇਰੀ ਜਾਨ ਹੈ ਅੱਖੀਆਂ ਦਾ ਖਵਾਬ ਹੈ ਸੁਣ ਮੇਰੇ ਯਾਰ ਹੋਇਆ ਤੇਰੇ ਨਾਲ ਪਿਆਰ ਹੈ। ਐਮੀ ਵਿਰਕ ਨੇ ਆਪਣਾ ਜਨਮਦਿਨ ਮਨਾਉਂਦਿਆਂ ਪਿਛਲੇ ਹਫ਼ਤੇ ਆਪਣੀ ਆਉਣ ਵਾਲੀ ਫਿਲਮ ਹੁਕਮਾਂ ਦੀ ਫਸਟ ਲੁੱਕ ਸ਼ੇਅਰ ਕੀਤੀ ਹੈ ਜਿਸਦੀ ਸ਼ੂਟਿੰਗ ਲੋਕਡਾਊਨ ਤੋਂ ਬਾਅਦ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਐਮੀ ਨੇ ਆਪਣੇ ਮਨਪਸੰਦ ਪੁਰਾਣੇ ਗੀਤਾਂ ਦਾ ਵੀ ਕਵਰ ਬਣਾਇਆ ਹੈ ਅਤੇ ਨਵੇਂ ਅੰਦਾਜ਼ ਦੇ ਨਾਲ ਪੇਸ਼ ਕੀਤਾ ਹੈ ਜਿਸਦਾ ਮਿਊਜ਼ਿਕ ਪ੍ਰੋਡਿਊਸਰ ਐਵੀ ਸਰਾ ਨੇ ਕੀਤਾ ਹੈ। ਨੀ ਤੂੰ ਰਾਣੀ ਮਹਿਲਾ ਦੀ ਅਸੀਂ ਗੋਰਖਨਾਥ ਦੇ ਚੇਲੇ ਨੀ ਤੂੰ ਰਾਣੀ ਮਹਿਲਾ ਦੀ ਅਸੀਂ ਗੋਰਖਨਾਥ ਦੇ ਚੇਲੇ ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾਂ ਤੇਰੇ ਸਾਡੇ ਮੇਲੇ ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾਂ ਤੇਰੇ ਸਾਡੇ ਮੇਲੇ ਕਾਨੂੰ ਰੜਕੀ ਜਾਨੀ ਹੈ ਨੀ ਪਾ ਕੇ ਪਾਣੀ ਵਿੱਚ ਮਧਾਣੀ ਅਸੀਂ ਜੋਗੀ ਜੰਗਲਾਂ ਦੇ ਨੀ ਸੁੰਦਰਾਂ ਤੂੰ ਮਹਿਲਾਂ ਦੀ ਰਾਣੀ। I hope you guys enjoyed that and to stay informed with the latest updates be sure to join me next week right here on BritAsia TV.